भी उन्होंने करते पे सके, लेकिन जेडे विधायकों के बच्चों को नौकरियां दी जा रही तरस के आधार पर आ जोड़े है काबिलियत का आधार भी है वा, ठीक है ना, काबिलियत को भी आधार बनाया जाएगा भी हाँ काबिलियत के आधार से बच्चों को नौकरी दिए जा। मैं तो अपनी दसा जेकर संघर्ष की कहानी मैं तुम दसा ना, 5 रुपए दिहाड़ी से मैं काम करता हुंदा सीगा, मेरा बचपन है जिहड़ा बाल मजदूरी दे विच बीतिया, उस तो बाद जवानी मेरी आ गेड़िया दे विच रुड़दी पई आ, मैं 5 रुपए दिहाड़ी दे काम करता सीगा ते कदे दाल वेचदा सी ट्रेन दे विच, कदे मैं चाह वेचदा सीगा, उस तो इलावा मैं पैडल भी बणाउंदा सी 5 रुपए दिहाड़ी ते, उस तो इलावा मैं तुहानूं की दस्सां मैं किन्ने काम कीते आ, ठीक है ना, कारां तक मैं साफ करदा हुंदा सीगा, लेकिन मेरे माता जी मैनूं कहिंदे हुंदे सी कि पुत कि तूं हौसला हौसला ना हार, ते मेरे फादर साहब नूं कैंसर हो गया सीगा, उस तो बाद कि कैंसर दे जिहड़ी जूझ रहे से मेरे पिता जी ते मेरे माता जी भी खुद मजदूरी करन लग गए, ते मजदूरी कर करके अपने गहने गट्टे सारे वेच के मैनू पढ़ाया, लेकिन उस तो बाद भी मैं हौसला चर नहीं हारिया, मैं तुहानू दस्सां 1995-96 दे विच मैं बेस्ट एक्टर रहा, उस तो इलावा मैं NCC ਵਿੱਚ ਬੈਸਟ ਕੈਪਰ ਰਿਹਾ, ਉਸ ਤੋਂ ਇਲਾਵਾ NSS ਵਿੱਚ ਬੈਸਟ ਵਲੰਟੀਅਰ ਰਿਹਾ, ਫਿਰ ਨੈਸ਼ਨਲ ਦੀ ਖੇਡਾਂ ਦੇ ਵਿੱਚ ਆਇਆ ਤੇ ਡਿਸਟ੍ਰਿਕਟ ਨੈਸ਼ਨਲ ਤੇ ਕੋਈ ਵੀ ਐਸਾ ਹੀ ਭਾਰਤ ਦੀ ਕੋਈ ਐਸਾ ਕੋਨਾ ਨਹੀਂਗਾ, ਕੋਈ ਐਸੀ ਸਟੇਟ ਨਹੀਂ ਜਿੱਥੇ ਮੈਂ ਮੈਡਲ ਨਾ ਲੈ ਕੇ ਆਇਆ ਹੋਵਾਂ, ਪੰਜਾਬ ਦਾ ਨਾਮ ਰੋਸ਼ਨ ਨਾ ਕੀਤਾ ਹੋਵੇ, ਆਹ ਮੇਰੀ ਸਟੂਡੈਂਟ ਹੈ ਜਦੋਂ ਮੈਂ ਕੋਚਿੰਗ ਲਾਈਨ ਦੇ ਵਿੱਚ ਆਇਆ ਤੇ ਆਪਣੇ ਸਟੂਡੈਂਟਸ ਨੂੰ ਲੈ ਕੇ ਗਿਆ ਮੈਂ ਤੇ ਉੱਥੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਅੱਜ ਚੰਡੀਗੜ੍ਹ ਦੇ ਵਿੱਚ ਅਸੀਂ ਬੈਠੇ ਹਾਂ ਇੱਥੇ ਪ੍ਰੈਸ ਕਾਨਫਰੰਸ ਕਰਦੇ ਪਏ ਹਾਂ, ਆਹ ਬੱਚੀ ਦੇ ਜਿਹੜੇ ਮੈਡਲ ਹੈਗੇ ਆ ਇਹਨਾਂ ਵਿੱਚ ਇੱਕ ਚੰਡੀਗੜ੍ਹ ਦਾ ਮੈਡਲ ਵੀ ਹੋਏਗਾ, ਠੀਕ ਹੈ ਨਾ, ਇਸ ਬੱਚੀ ਨੂੰ ਮੈਂ ਚੰਡੀਗੜ੍ਹ ਵੀ ਲੈ ਕੇ ਆਇਆ ਤੇ ਮੇਰੀ ਟੀਮ ਦੇ ਜਿਹੜੇ ਮੈਂਬਰ ਹੈਗੇ ਆ ਉਹਨਾਂ ਨੂੰ ਮੈਂ ਚੰਡੀਗੜ੍ਹ ਲੈ ਕੇ ਆਇਆ ਤੇ ਚੰਡੀਗੜ੍ਹ ਦੇ ਵਿੱਚ ਵੀ ਅਸੀਂ ਪੰਜਾਬ ਦੇ ਝੰਡੇ ਨੂੰ ਉੱਚਾ ਕੀਤਾ, ਯਾਨੀ ਕਿ ਅਸੀਂ ਪੰਜਾਬ ਦੇ ਲਈ ਕੱਲ੍ਹ ਹੀ ਪੰਜਾਬ ਦੇ ਲਈ ਬਾਹਰਲੇ ਸਟੇਟਾਂ ਵਿੱਚ ਜਾ ਕੇ ਲੜਦੇ ਰਹੇ ਤੇ ਅੱਜ ਪੰਜਾਬ ਸਾਡੇ ਨਾਲ ਕੀ ਕਰਦਾ ਪਿਆ ਆ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ, ਠੀਕ ਹੈ ਨਾ, ਕਿ ਇਹਨਾਂ ਬੱਚਿਆਂ ਦਾ ਹੱਕ, ਇੱਕ ਮੈਂ ਪਿਓ ਹਾਂ ਇਹਨਾਂ ਕੁੜੀਆਂ ਦਾ ਇਹਨਾਂ ਬੱਚਿਆਂ ਦਾ, ਜੇਕਰ ਕਿ ਪਿਓ ਨਾ ਅੱਜ ਹੱਕ ਮੰਗਦਾ ਆਪਣੇ ਬੱਚਿਆਂ ਦਾ ਕਿ ਵੀ ਹਾਂ ਮੈਨੂੰ ਪਤਾ ਕਿ ਮੇਰੇ ਬੱਚਿਆਂ ਨੇ ਕਿੰਨੀ ਮਿਹਨਤ ਕੀਤੀ ਆ, ਮੈਨੂੰ ਪਤਾ ਕਿ ਕਿਵੇਂ ਇਹ ਦਿਨ ਰਾਤ ਕਈ ਵਾਰ ਡਾਈਟ ਨਹੀਂ ਹੁੰਦੀ ਸੀ, ਕਈ ਵਾਰ ਬਹੁਤ ਸਾਰੇ ਸੋਰਸ ਨਹੀਂ ਹੁੰਦੇ ਸੀ, ਕਈ ਵਾਰ ਅੱਛੇ ਇਕਿਊਪਮੈਂਟ ਨਹੀਂ ਹੁੰਦੇ ਸੀਗੇ, ਉਸ ਤੋਂ ਬਾਅਦ ਵੀ ਇਹਨਾਂ ਬੱਚਿਆਂ ਨੇ ਆਪਣੀ ਫਾਈਟ ਕਰਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ, ਫਾਈਟ ਕਰਕੇ ਗੋਲਡ ਮੈਡਲ ਲਿੱਤੇ, ਫਾਈਟ ਕਰਕੇ ਨਾ ਪਜਾਣੇ ਕਿੰਨੇ ਮੈਡਲ ਹਾਸਲ ਕੀਤੇ, ਵਰਲਡ ਕੱਪ ਤੱਕ ਖੇਡੀਆਂ ਮੇਰੀਆਂ ਕੁੜੀਆਂ, ਉਸ ਤੋਂ ਬਾਅਦ ਅੱਜ ਮੇਰੇ ਬੱਚਿਆਂ ਨੂੰ ਮੇਰਾ ਹੱਕ ਨਹੀਂ ਮਿਲਦਾ ਪਿਆ, ਮੇਰਾ ਵੀ ਨਾਮ ਹੈ ਉਹਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ 125 ਪੋਸਟਾਂ ਦੇ ਵਿੱਚ, ਜਦ ਹੋਰਾਂ ਨੂੰ ਤੁਸੀਂ, ਔਰ ਮੈਂ ਇਹ ਨਹੀਂ ਕਹਿੰਦਾ ਨੌਕਰੀਆਂ ਹੋਰ ਕੱਢੋ, ਮੈਂ ਇਹ ਕਹਿੰਦਾ ਵਾਂ ਜਿਹੜੀ ਲਿਸਟ ਦੇ ਵਿੱਚ ਹੈਗਾ ਆ ਉਸ ਲਿਸਟ ਦੇ ਵਿੱਚ ਸਾਡਾ ਨਾਮ ਆਇਆ ਹੋਇਆ ਵਾ ਉਹੀ ਸਾਨੂੰ ਦੇ ਦਿਓ, ਅਸੀਂ ਕਿਹੜਾ ਕਹਿ ਰਹੇ ਹਾਂ ਕਿ ਵੀ ਹਾਂ ਸਾਨੂੰ ਹੋਰ ਪੋਸਟਾਂ ਕੱਢ ਕੇ ਦਿਓ, ਜੇਕਰ 2016 ਦੇ ਵਿੱਚ ਜਿਹੜੀ ਸਾਡੀ ਸਿਲੈਕਸ਼ਨ ਹੋਈ ਆ, ਠੀਕ ਹੈ ਨਾ, ਉਹੀ ਪੋਸਟਾਂ ਸਾਨੂੰ ਦੇ ਦਿਓ, ਸਾਨੂੰ ਇਨਸਾਫ ਚਾਹੀਦਾ ਆ, ਜੇਕਰ ਕੈਪਟਨ ਸਾਹਿਬ ਸਾਡੇ ਇਸ ਪ੍ਰਾਂਤ ਦੇ ਰਾਜਾ ਹੈਗੇ ਆ ਤੇ ਰਾਜੇ ਅੱਗੇ ਕੀ ਇੱਕ ਪ੍ਰਾਂਤ ਆ ਜਿਹੜਾ ਜਿਹੜੀ ਪ੍ਰਜਾ ਆ ਉਹ ਹੱਥ ਜੋੜ ਕੇ ਬੇਨਤੀ ਵੀ ਨਹੀਂ ਕਰ ਸਕਦੀ, ਤੇ ਕੈਪਟਨ ਸਾਹਿਬ ਘੱਟੋ ਘੱਟ ਇੱਕ ਮਿੰਟ ਤਾਂ ਸਾਡੇ ਲਈ ਕਰ ਲੈਣ ਕਿ ਵੀ ਇਹਨਾਂ ਬੱਚਿਆਂ ਦੀ ਗੱਲ ਸੁਣ ਸਕਣ, ਇੱਕ ਪਿਓ ਦੀ ਗੱਲ ਸੁਣ ਸਕਣ ਕਿ ਵੀ ਹਾਂ ਇਹਨਾਂ ਬੱਚਿਆਂ ਨੇ ਕੀ ਬੀਤੀ ਆ, ਕੋਚ ਸਾਹਿਬ ਦੱਸੋ ਤਾਂ ਸਹੀ ਕਿ ਤੁਹਾਡੇ ਨਾਲ ਕੀ ਬੀਤੀ ਆ। ਮੇਰਾ ਨਾਮ ਪੂਨਮਜੀਤ ਆ, ਮੈਂ ਸੌਫਟਬਾਲ ਗੇਮ ਦੀ ਪਲੇਅਰ ਆ। ਸਰ ਸਾਡੀ ਹਰੇਕ ਕਮੇਟੀ ਨਾਲ ਗੱਲ ਹੋਈ, ਹਰੇਕ ਕਮੇਟੀ ਨਾਲ ਗੱਲ ਹੋਈ, ਕੋਰਟ ਵਿੱਚ ਕੇਸ ਵੀ ਲੱਗਿਆ ਆ, ਲੇਕਿਨ ਅਸੀਂ ਕਿ ਗੱਲ ਕੀ ਕਰੀਏ, ਅੱਜ ਵੀ ਬਾਅਦ ਦੀ ਗੱਲ ਤੁਹਾਨੂੰ ਦੱਸਦਾ ਵਾਂ ਕਿ ਮੈਂ ਮੇਰੇ ਮਾਤਾ ਜੀ, ਠੀਕ ਹੈ ਨਾ, 300 ਰੁਪਏ ਦਿਹਾੜੀ ਦੇ ਗਏ ਹੋਏ ਆ, ਅੜੀਏ ਘਰ ਦੇ ਹਾਲਾਤ ਵੀ ਬਹੁਤੇ ਨਹੀਂ ਹੈਗੇ, ਜੇ ਤੁਸੀਂ ਚਾਹੁੰਦੇ ਨਾ ਕਿ ਵੀ ਮੈਂ ਕਿਤੇ ਝੂਠ ਬੋਲਦਾ, ਇਨਵੈਸਟੀਗੇਸ਼ਨ ਕਰੋ ਲੁਧਿਆਣੇ ਵਿੱਚ ਸੰਤਪੁਰੇ ਦੇ ਵਿੱਚ ਜਾ ਕੇ, ਤੁਹਾਨੂੰ ਸੱਚਾਈ ਪਤਾ ਲੱਗ ਜੂਗੀ। ਜੇਕਰ ਤੁਸੀਂ ਸੋਚੋ ਕਿ ਵੀ ਆ ਵੀ ਇਹ ਬੱਚੇ ਯਾਰ ਪੜ੍ਹਾਈ ਵਾਜੂ ਰਹਿ ਗਏ, ਠੀਕ ਹੈ ਨਾ, ਆਫਟਰ ਪਲੱਸ ਟੂ ਸਰ ITI ਕੀਤੀ, BA ਕੀਤੀ, ਉਸ ਤੋਂ ਬਾਅਦ BPED ਕੀਤੀ, ਫਿਰ MPED ਕੀਤੀ, ਫਿਰ MPhil ਕੀਤੀ, ਉਸ ਤੋਂ ਬਾਅਦ ਵੀ ਜੇਕਰ ਇੰਨੀਆਂ ਡਿਗਰੀਆਂ ਤੋਂ ਬਾਅਦ ਲੈਣ ਤੋਂ ਬਾਅਦ ਇਹਨੇ ਮੈਡਲ ਲੈਣ ਤੋਂ ਬਾਅਦ ਮੈਂ ਸੜਕ 'ਤੇ ਜੁੱਤੀਆਂ ਹੀ ਵੇਚਦਾ, ਤਾਂ ਫਿਰ ਕੀ ਫਾਇਦਾ ਹੈ ਸਾਡੀ ਸਰਕਾਰਾਂ ਦਾ, ਕੀ ਸਾਡੀ ਸਰਕਾਰਾਂ ਸਾਨੂੰ ਸਾਡਾ ਹੱਕ ਨਹੀਂ ਦੇ ਸਕਦੀਆਂ, ਕੀ ਇਹਨਾਂ ਮੈਡਲ ਦੇ ਬਦਲੇ, ਠੀਕ ਹੈ, ਸਾਨੂੰ ਨੌਕਰੀ ਨਹੀਂ ਦੇ ਸਕਦੀਆਂ, ਕੀ ਕੈਪਟਨ ਸਾਹਿਬ ਸਾਡੀ ਇੰਨੀ ਕੁ ਫਰਿਆਦ ਨਹੀਂ ਸੁਣ ਸਕਦੇ, ਕੀ ਸਪੋਰਟਸ ਮਿਨਿਸਟਰ ਸਾਹਿਬ ਸਾਡੀ ਇੰਨੀ ਕੁ ਫਰਿਆਦ ਨਹੀਂ ਸੁਣ ਸਕਦੇ। ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ, ਸੌਫਟਬਾਲ ਜਿਹੜੀ ਗੇਮ ਅਸੀਂ ਖੇਡਦੇ ਹਾਂ, ਰਾਣਾ ਗੁਰਮੀਤ ਸਿੰਘ ਸੋਢੀ ਜੀ ਉਸ ਗੇਮ ਦੇ ਪ੍ਰੈਜ਼ੀਡੈਂਟ ਰਹੇ ਆ 12 ਸਾਲ, ਅਤੇ ਉਹਨਾਂ ਨੂੰ ਤਾਂ ਹੋਰ ਲਗਾਵ ਹੋਣਾ ਚਾਹੀਦਾ ਵਾ ਕਿ ਵੀ ਹਾਂ ਵੀ ਇਹ ਮੇਰੇ ਬੱਚੇ ਆ, ਠੀਕ ਹੈ, ਅਸੀਂ ਕਿੰਨੇ ਹੀ ਮਿਨਿਸਟਰਸ ਨੂੰ ਮਿਲ ਚੁੱਕੇ ਹਾਂ, ਕਿਰਪਾ ਕਰਕੇ ਨਾ ਹੁਣ ਸਾਨੂੰ ਹੋਰ ਤਾਂ ਕੋਈ ਰਾਹ ਲੱਭਦਾ ਨਹੀਂ ਪਿਆ, ਇਹ ਤੋਂ ਪਹਿਲਾਂ ਕਿ ਇਹਨਾਂ ਬੱਚਿਆਂ ਦਾ ਭਵਿੱਖ ਮਿੱਟੀ ਵਿੱਚ ਰੋਲ ਜੇ, ਉਹਨਾਂ ਬੱਚਿਆਂ ਨੂੰ ਹੱਕ ਦੇ ਦਿਓ, ਇਹ ਮੈਂ ਹੱਥ ਜੋੜਦਾ ਤੁਹਾਡੇ ਅੱਗੇ ਕਿ ਇਹਨਾਂ ਬੱਚਿਆਂ ਨੂੰ ਹੱਕ ਦੇ ਦਿਓ, ਅੱਜ ਸਪੋਰਟਸ ਵਾਲਿਆਂ ਦੀ ਹਾਲਤ ਆ ਜਿਹੜੀ ਬਹੁਤ ਖਰਾਬ ਆ। ਸਰ ਨਹੀਂ, ਸਰ ਮੇਰੀ CM ਸਾਹਿਬ ਨਾਲ ਗੱਲ ਹੀ ਹੋਈ, ਠੀਕ ਹੈ ਨਾ, ਉਹ ਪੈਰਾਲੰਪਿਕ ਦੇ ਬੱਚੇ ਸੀਗੇ, ਠੀਕ ਹੈ, ਉਹਨਾਂ ਨਾਲ ਗੱਲ ਹੋਈ, ਪਰਮਾਤਮਾ ਉਹਨਾਂ ਨੂੰ ਵੀ ਨੌਕਰੀ ਦਵਾਵੇ।
ਸਾਡਾ ਸਰ 125 ਪੋਸਟਾਂ ਆਲਰੇਡੀ ਨਿਕਲੇ ਹੋਏ ਸੀ 2016 ਦੇ ਵਿੱਚ, ਠੀਕ ਹੈ ਨਾ। ਉਹਦੇ ਵਿੱਚ ਸਾਡੀ ਸਿਲੈਕਸ਼ਨ ਹੋਈ ਹੈ ਸੌਫਟਬਾਲ ਵਾਲਿਆਂ ਦੀ, ਲੇਕਿਨ ਉਹ ਕਾਰਨ ਅੱਜ ਤੱਕ ਸਾਨੂੰ ਨਹੀਂ ਪਤਾ ਲੱਗੇ ਕਿ ਸੌਫਟਬਾਲ ਗੇਮ ਨੂੰ ਕਿਹੜੇ ਆਧਾਰ 'ਤੇ ਇਹਨਾਂ ਨੇ ਬਾਹਰ ਕਰਤਾ, ਕਿਹੜੇ ਆਧਾਰ 'ਤੇ ਸਾਡਾ ਬੱਚੇ ਦਾ ਨਾਮ ਬਾਹਰ ਕਰਤਾ। ਸਰ ਇਹ ਘੱਟੋ ਘੱਟ 5 ਸਾਲ ਹੋ ਗਏ, ਸਰ 5 ਸਾਲ ਹੋ ਗਏ ਮੇਰੇ ਬੱਚਿਆਂ ਨੂੰ ਤਾਂ ਮੈਨੂੰ ਫਾਈਟ ਕਰਦੇ ਨੂੰ। ਦੱਸ ਬੇਟਾ ਕੀ ਸੰਘਰਸ਼ ਦੀ ਕਹਾਣੀ ਆਪਣੇ? ਸਰ ਮੇਰੀ ਤਾਂ ਸਰ ਦੀ ਸਿਲੈਕਸ਼ਨ ਹੋਈ ਸੀ ਸੌਫਟਬਾਲ ਦੇ ਵਿੱਚ, ਪੰਜਾਬ ਪੁਲਿਸ ਦੀਆਂ ਆਈਆਂ ਸੀ ਸਬ ਇੰਸਪੈਕਟਰ ਦੇ ਵਿੱਚ, ਅਤੇ 15 ਦਿਨ ਪਹਿਲਾਂ ਜੁਆਇਨਿੰਗ ਹੋਣ ਦਾ ਸੀਗਾ, ਜੁਆਇਨਿੰਗ ਲੱਗ ਤੱਕ ਪਹੁੰਚ ਗਈ ਸੀ, ਲੈਟਰ ਮਿਲਣੀ ਸੀਗੀ। 15 ਦਿਨ ਪਹਿਲਾਂ ਪਤਾ ਚੱਲਦਾ ਕਿ ਗੇਮ ਹੀ ਬਾਹਰ ਕਰ ਦਿੱਤੀ ਗਈ। 5 ਸਾਲ ਹੋ ਚੱਲੇ, ਹਜੇ ਤੱਕ ਧੱਕੇ ਖਾ ਰਹੇ ਨੂੰ, ਬਸ ਇੱਕ ਰੀਜ਼ਨ ਨਹੀਂ ਮਿਲ ਰਿਹਾ ਹੈਗਾ ਕਿ ਇਹ ਗੇਮ ਬਾਹਰ ਕਿਉਂ ਕੀਤੀ ਗਈ ਆ। ਰਾਣਾ ਜੀ ਕੋਲ ਵੀ ਜਾਂਦੇ, ਉਹ ਵੀ ਕਹਿ ਦਿੰਦੇ ਕੋਈ ਗੱਲ ਨਹੀਂ, ਉਹ ਪਤਾ ਹੋ ਜੂਗਾ, ਕੋਈ ਗੱਲ ਨਹੀਂ ਕਰਵਾ ਦੇਵਾਂਗੇ, ਕੋਈ ਗੱਲ ਨਹੀਂ ਆ। 5 ਸਾਲ 'ਚ ਸਾਨੂੰ ਸਿਰਫ ਹਜੇ ਤੱਕ ਰੀਜ਼ਨ ਨਹੀਂ ਪਤਾ ਚੱਲ ਰਿਹਾ ਵੀ ਗੇਮ ਕਿਉਂ ਬਾਹਰ ਕੀਤੀ, ਕਿਉਂਕਿ ਮੈਡਲ ਵੀ ਆ। ਮੇਰੇ ਘਰ ਬਹੁਤ ਗਰੀਬੀ ਆ, ਮਤਲਬ ਮੇਰੇ ਪਾਪਾ ਫਰੂਟ ਦਾ ਕੰਮ ਕਰਦੇ ਨੇ, ਅਤੇ ਬ੍ਰਦਰ ਮੇਰਾ ਪੰਪ 'ਤੇ ਕੰਮ ਕਰਦਾ, ਮੇਰੇ ਤੋਂ ਛੋਟਾ ਵਾ, ਪਰ ਉਹ ਮੇਰੇ ਕਰਕੇ ਸਟੱਡੀ ਨਹੀਂ ਕਰ ਰਿਹਾ, ਸਿਰਫ ਵੀ ਕਿ ਮੈਂ ਕਿਸੇ ਅਹੁਦੇ 'ਤੇ ਲੱਗ ਜਾਵਾਂ। ਪਰ ਸਰ ਮੈਂ ਸੀਨੀਅਰ ਨੈਸ਼ਨਲ ਖੇਲੀ ਹੋਈ ਹਾਂ, 7 ਮੈਡਲ ਨੇ ਉਹਦੇ ਵਿੱਚੋਂ ਮੇਰੇ, ਗੋਲਡ ਮੈਡਲ। ਮੈਡਲਾਂ ਦਾ ਸਰ ਜਿਹੜੇ ਨਾ ਫਾਈਲਾਂ ਸਾਰੀਆਂ ਭਰੀਆਂ ਪਈਆਂ, ਠੀਕ ਹੈ ਨਾ। ਕਿੰਨੇ ਕੁ ਤੁਸੀਂ ਕਹੋਗੇ ਕਿ ਵੀ ਹਾਂ ਸਰਟੀਫਿਕੇਟ? ਮੈਂ ਕਹਿੰਦਾ ਭਾਰਤ ਦਾ ਕੋਈ ਐਸਾ ਕੋਨਾ ਨਹੀਂ ਹੈ ਜਿੱਥੇ ਅਸੀਂ ਪੰਜਾਬ ਦਾ ਨਾਮ ਰੋਸ਼ਨ ਨਹੀਂ ਕਰਕੇ ਆਏ, ਠੀਕ ਹੈ ਨਾ। ਲੇਕਿਨ ਉਸ ਨਾਮ ਨੂੰ ਦੀ ਕਦਰ ਹੁਣ ਪੰਜਾਬ ਸਰਕਾਰ ਸਾਡੀ ਕਿੰਨੀ ਕੁ ਰੱਖਦੀ ਹੈ, ਕਿੰਨੀ ਕੁ ਸਾਨੂੰ ਨਹੀਂ ਰੱਖਦੀ, ਇਹ ਤਾਂ ਪੰਜਾਬ ਸਰਕਾਰ ਉੱਤੇ ਡਿਪੈਂਡ ਆ, ਠੀਕ ਹੈ ਨਾ। ਕੋਈ ਛੋਟੇ ਮੋਟੇ ਲੈਵਲ 'ਤੇ ਤਾਂ ਖੇਡੇ ਨਹੀਂ ਅਸੀਂ, ਨੈਸ਼ਨਲ ਦੇ ਵਿੱਚ ਗੋਲਡ ਮੈਡਲ ਲੈ ਕੇ ਆਉਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ ਸਰ। ਜਿੱਥੇ ਪੰਜਾਬ ਦਾ ਯੂਥ ਕਈ ਨਸ਼ਿਆਂ ਵਿੱਚ ਪੈਂਦਾ ਪਿਆ ਵਾ, ਠੀਕ ਹੈ ਨਾ, ਕਈ ਹੋਰ ਪਾਸੇ ਜਾ ਰਿਹਾ ਵਾ, ਲੇਕਿਨ ਅਸੀਂ ਪੰਜਾਬ ਦੇ ਯੂਥ ਨੂੰ ਇੱਕ ਸੇਧ ਦੇ ਰਹੇ ਕਿ ਸਪੋਰਟਸ ਵਾਲੇ ਪਾਸੇ ਆਓ। ਲੇਕਿਨ ਹੁਣ ਉਹਨਾਂ ਨੂੰ ਜਿਹੜੀ ਨੌਕਰੀਆਂ ਨਹੀਂ ਨਾ ਮਿਲਦੀਆਂ ਪਈਆਂ, ਤਾਂ ਮੇਰੇ ਕਿੰਨੇ ਸਟੂਡੈਂਟ ਇਹੋ ਜਿਹੇ ਹੈਗੇ ਆ ਜਿਨ੍ਹਾਂ ਨੂੰ ਮਤਲਬ ਕਿ ਉਹ ਆਪਣੇ ਨਸ਼ੇ ਵਾਲੇ ਪਾਸੇ ਚਲੇ ਗਏ ਆ, ਅਤੇ 1-2 ਬੱਚੇ ਦੀ ਡੈਥ ਵੀ ਹੋਈ ਹੈ ਨਸ਼ੇ ਕਰਕੇ। ਸੋ ਤਾਂ ਕਰਕੇ ਮੈਂ ਇਹ ਕਹਿੰਦਾ ਵਾ, ਜੇਕਰ ਉਹਨਾਂ ਨੂੰ ਸਮੇਂ ਸਿਰ ਨੌਕਰੀਆਂ ਮਿਲ ਜਾਣ, ਅਤੇ ਕੱਲ੍ਹ ਨੂੰ ਉਹ ਫਿਰ ਉੱਧਰ ਜਾਣ, ਇਹਦੇ ਪਾਸੇ ਜਾਣ ਹੀ ਨਾ, ਠੀਕ ਹੈ। ਜੇ ਨੌਕਰੀ ਆਪਣੇ ਰੋਟੀ ਰੋਜੀ ਦਾ ਸਭ ਕੁਝ ਬਣ ਜਾਵੇ, ਤਾਂ ਫਿਰ ਇਸ ਤੋਂ ਇਲਾਵਾ ਉਹਨਾਂ ਨੂੰ ਹੋਰ ਕੁਛ ਨਹੀਂ ਚਾਹੀਦਾ ਸਰ। ਸਰ ਸਾਡੇ ਨਾਲ ਹਰਿਆਣੇ ਦੇ ਬੱਚੇ ਵੀ ਆ ਨੇ, ਉਹਨਾਂ ਨੂੰ ਜਦੋਂ ਮਤਲਬ ਮੈਡਲ ਮਿਲਦਾ ਵਾ ਅਤੇ ਜਾਂਦੇ ਸਾਰੀ ਜੋਬ ਆ, ਅਤੇ ਮਤਲਬ ਉਹਨਾਂ ਨੂੰ ਚੈੱਕ ਮਿਲਦੇ ਆ। ਪਰ ਇੱਧਰ ਆਪਣੇ ਪੰਜਾਬ ਵਿੱਚ ਕੋਈ ਵੀ ਮੈਡਲ ਆਉਂਦਾ, ਕਿਸੇ ਦੀ ਕੋਈ ਪੁੱਛਗਿੱਛ ਨਹੀਂ ਹੈਗੀ। ਸਾਨੂੰ ਲੱਗ ਰਿਹਾ ਵਾ ਵੀ ਇਸ ਟਾਈਮ ਦੀ ਸਾਨੂੰ ਹਰਿਆਣੇ ਵੱਲੋਂ ਖੇਡਣਾ ਚਾਹੀਦਾ ਸੀ, ਸ਼ਾਇਦ ਅਸੀਂ ਹੁਣ ਤੱਕ ਕਿਸੇ ਜੋਬ 'ਤੇ ਲੱਗੇ ਹੁੰਦੇ ਜਾਂ ਕਿਸੇ ਅਹੁਦੇ 'ਤੇ ਲੱਗੇ ਹੁੰਦੇ। ਹਾਂਜੀ ਸਰ, ਹੈਗੀ ਹੈ। ਅਤੇ ਆਪਣੇ ਇੱਥੇ ਉਲਟਾ ਇਹ ਹੋਇਆ ਵਾ, ਜਿਹੜੀ 125 ਪੋਸਟਾਂ ਹੈ ਨਾ, ਜਿਹੜੀ ਗੇਮ ਨੂੰ ਮਾਨਤਾ ਨਹੀਂ ਸੀਗੀ, ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜਿਹੜੀ ਗੇਮ ਨੂੰ ਮਾਨਤਾ ਨਹੀਂ ਨਾ ਸੀਗੀ, ਉਹਨੂੰ ਤਾਂ ਲਿਸਟ ਉਹਦਾ ਤਾਂ ਪੰਜਾਬ ਪੁਲਿਸ ਦੇ ਵਿੱਚ ਸਿਲੈਕਸ਼ਨ ਕਰਤੀ, ਅਤੇ ਜਿਹੜੀ ਗੇਮ ਨੂੰ ਮਾਨਤਾ ਸੀਗੀ ਉਹਨੂੰ ਹਜੇ ਤੱਕ ਵਿਹਲੇ ਬੈਠੇ ਹਾਂ ਅਸੀਂ, ਕਦੇ ਕਿਤੇ ਦੇ ਧੱਕੇ ਖਾ ਰਹੇ ਹਾਂ, ਕਦੇ ਕਿਤੇ ਦੇ ਧੱਕੇ ਖਾ ਰਹੇ ਹਾਂ ਸਰ। ਗ੍ਰੈਡੇਸ਼ਨ ਹੋਈ ਹੋਈ ਹੈ ਸਰ, ਆਹ ਦੇਖੋ ਗ੍ਰੈਡੇਸ਼ਨ ਹੈਗੀ ਆ, ਆਹ ਗ੍ਰੈਡੇਸ਼ਨ ਸਰਟੀਫਿਕੇਟ ਹੈਗੇ ਆ। ਸਾਨੂੰ ਪੰਜਾਬ ਗੌਰਮੈਂਟ ਹੈ ਜਿਹੜੀ ਗ੍ਰੈਡੇਸ਼ਨ ਸਰਟੀਫਿਕੇਟ ਵੀ ਦਿੰਦੀ ਆ, ਸਾਨੂੰ ਸਕੋਲਰਸ਼ਿਪ ਵੀ ਦਿੰਦੀ ਆ, ਠੀਕ ਹੈ ਨਾ, ਗ੍ਰੈਡੇਸ਼ਨ ਦੇ ਬੇਸ 'ਤੇ ਐਡਮਿਸ਼ਨਸ ਵੀ ਦਿੰਦੀ ਆ। ਸਾਡੇ ਹੋਰ ਬਹੁਤ ਸਾਰੇ ਡਿਪਾਰਟਮੈਂਟਸ ਦੇ ਵਿੱਚ ਬਹੁਤ ਸਾਰੇ ਲੋਕ ਲੱਗੇ ਵੀ ਹੋਏ, ਸਪੋਰਟਸ ਵਾਲੇ ਲੱਗੇ ਵੀ ਹੋਏ, ਸੌਫਟਬਾਲ ਖੇਡਣ ਵਾਲੇ ਬਹੁਤ ਸਾਰੇ ਡਿਪਾਰਟਮੈਂਟ 'ਚ ਲੱਗੇ ਹੋਏ ਆ। ਅਤੇ ਫਿਰ ਜੇਕਰ ਇੰਨਾ ਹੀ ਨੌਕਰੀਆਂ ਦੇ ਰਹੇ ਉਹਦੇ ਵਿੱਚ, ਤਾਂ ਫਿਰ 125 ਪੋਸਟਾਂ ਦੇ ਵਿੱਚ ਜਿਹੜਾ ਸਾਡੇ ਬੱਚਿਆਂ ਨੂੰ ਬਾਹਰ ਕਰ ਦਿੱਤਾ ਗਿਆ, ਉਹਦਾ ਕਾਰਨ ਦੱਸਿਆ ਜਾਵੇ ਕਿਉਂ ਸਾਡੇ ਬੱਚਿਆਂ ਨਾਲ ਇੰਨੀ ਮਾੜੀ ਕੀਤੀ ਗਈ। ਧੰਨਵਾਦ।